ਨਾਂ ਰਾਹੁਲ। ਦੱਸ ਦੇ ਰਾਹੁਲ ਵੀ ਕਿੰਨੀ ਉਮਰ ਹੈ ਤੇਰੀ ਤੇ ਕੀ ਰਿਲੇਸ਼ਨ ਹੋਈ ਇਹਨਾਂ ਨਾਲ? ਮੇਰੀ 18-18 ਸਾਲ ਉਮਰ ਹੋਈ ਹੈ ਤੇ ਮੇਰੇ ਰਿਸ਼ਤੇਦਾਰਾਂ 'ਚ ਹੋਈ ਹੈ ਤੇ ਮੇਰੀ ਸਾਲ ਪਹਿਲਾਂ ਗੱਲਬਾਤ ਹੋਈ ਸੀ ਇਹਨਾਂ ਨਾਲ, ਸਾਡਾ ਰਿਲੇਸ਼ਨ ਚੱਲਦਾ ਸੀ। ਹੁਣ ਬਸ ਇੱਥੋਂ ਤੱਕ ਆਏ ਤੇ ਕੋਈ ਗਲਤੀ ਹੋ ਗਈ, ਉਹਨਾਂ ਨੇ ਗਲਤੀ ਕੀਤੀ ਤੇ ਇਹਨੇ ਵੀ ਮਾਰਿਆ ਤੇ ਮੈਂ ਵੀ ਮਾਰ। ਤੇਰੀ ਮੰਮੀ ਸਭ ਤੋਂ ਵੱਡਾ ਪੁੱਛਦਾ? ਹਾਂਜੀ। ਕੀ ਹੈ ਦੁਬਾਰਾ ਦੱਸ ਰਿਹਾ? ਹਾਂਜੀ। ਕੀ ਹੈ ਤੇਰੇ ਮਦਰ ਕੀ ਕਰਦੇ ਆ? ਸਬ ਇੰਸਪੈਕਟਰ ਪੁਲਿਸ 'ਚ। ਕਿੱਥੇ ਡਿਊਟੀ ਹੁੰਦੀ? ਮਖੇਰੀਆਂ ਥਾਣੇ ਲੱਗੇ ਮੇਰਾ। ਕੀ ਨਾਂ ਜੀ ਤੁਹਾਡਾ? ਮਨਿੰਦਰ ਕੌਰ। ਦੱਸ ਦਿਓ ਜੀ ਕਿਉਂ ਮਰਡਰ ਕੀਤਾ, ਕੀ ਐਸੀ ਲੋੜ ਪੈ ਗਈ ਮਰਡਰ ਕਰਨ ਦੀ? ਸਰ ਸਾਡਾ ਦੋਨਾਂ ਦਾ ਰਿਲੇਸ਼ਨ ਸੀਗਾ ਮੇਰੇ ਸਹੁਰੇ ਨੂੰ, ਇਸ ਕਰਕੇ ਮੈਂ ਮਾਰਿਆ ਆਪਾਂ ਦੋਨਾਂ ਨੇ। ਕਿੰਨਾ ਚਿਰ ਤੋਂ ਰਿਲੇਸ਼ਨ ਆ ਪਿਛਲੇ? ਸਰ 1 ਸਾਲ ਹੋ ਗਿਆ। ਕਿੱਥੇ ਮਾਰਿਆ, ਕਿੱਦਾਂ ਮਾਰਿਆ? ਸਰਕਾਰੀ ਡੰਡੇ ਨਾਲ ਮਾਰਿਆ। ਇਹ ਮਰਡਰ 17-6-18 ਨੂੰ ਦਲਜੀਤ ਸਿੰਘ ਦਾ ਮਰਡਰ ਹੋਇਆ ਸੀ ਪਿੰਡ ਕੂਲੇ ਖੁਰਲਾ। ਇਹਦੇ 'ਚ ਦਲਜੀਤ ਸਿੰਘ ਦੀ ਨੂੰਹ ਨੇ ਇੱਕ ਹੋਰ ਲੜਕਾ ਜੋ ਕਿ ਰਿਸ਼ਤੇਦਾਰੀ ਦੇ ਵਿੱਚ ਉਹਦਾ ਭਾਣਜਾ ਲੱਗਦਾ ਸੀ, ਰਾਹੁਲ ਸ਼ਰਮਾ ਉਰਫ ਨੰਨੂ, ਇਹਨਾਂ ਨੇ ਰਲ ਕੇ ਇਸ ਬਜ਼ੁਰਗ ਦੇ ਸਿਰ ਦੇ ਵਿੱਚ ਜਿਹੜੀਆਂ ਸੱਟਾਂ ਮਾਰੀਆਂ ਜਦੋਂ ਇਹ ਬਜ਼ੁਰਗ ਦੀ ਮੌਕੇ 'ਤੇ ਜਿਹੜੀ ਮੌਤ ਹੋ ਗਈ। ਇਹਦੇ 'ਚ ਜਿਹੜੀ ਲੜਕੀ ਮਨਿੰਦਰ ਕੌਰ ਹੈ ਇਹਨੂੰ ਸੇਮ ਡੇ ਹੀ ਫੜ ਲਿਆ ਸੀ ਜੋ ਕਿ ਪੁਲਿਸ ਰਿਮਾਂਡ 'ਤੇ ਆ, ਅਤੇ ਜਿਹੜਾ ਰਾਹੁਲ ਸ਼ਰਮਾ ਪੁਲਿਸ ਨੰਨੂ ਹੈ ਇਹਨੂੰ ਅੱਜ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਸੰਬੰਧੀ SP ਓਪਰੇਸ਼ਨ ਦੇ ਤਹਿਤ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਅੰਡਰ ਹੋਈ ਸੀ, ਇਹਦੇ 'ਚ DSP ਇਨਵੈਸਟੀਗੇਸ਼ਨ ਗੁਰਮਨ ਸਿੰਘ ਬੈਂਸ, ਇੰਚਾਰਜ CIA ਅਤੇ SHO ਤਿੱਬੜ, ਇਹਨਾਂ ਨੇ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਜਿਹੜਾ ਇਹਨੂੰ ਨੰਨੂ ਨੂੰ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਜਿਹੜੇ ਇਹਨਾਂ ਨੇ ਹਥਿਆਰ ਵਰਤੇ ਸੀ ਉਹ ਬਰਾਮਦ ਕਰ ਲਿਆ। ਇਹਨਾਂ ਦੇ ਜੋ FIR ਦਰਜ ਕਰਵਾਈ ਹੈ ਕਿਰਪਾਲ ਸਿੰਘ ਨੇ, ਉਹਨੇ ਦੱਸਿਆ ਕਿ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਅਫੇਅਰ ਸੀ ਅਤੇ ਬਜ਼ੁਰਗ ਇਹ ਰੋਕਦੇ ਸੀ, ਇਹਨਾਂ ਨੇ ਇਸ ਕਰਕੇ ਹੀ ਜਿਹੜਾ ਇਹਨਾਂ ਨੂੰ ਜਿਹੜਾ ਇਹਨੂੰ ਕਤਲ ਕਰ ਦਿੱਤਾ। ਇਹ ਜਿਹੜਾ ਦਲਜੀਤ ਸਿੰਘ ਜੀ ਦੀ ਡੈਥ ਹੋਈ ਹੈ ਇਹ ਐਕਸਰਸਮੈਨ ਹੈ, ਇਹਦਾ ਹਸਬੈਂਡ ਵੀ ਜੰਮੂ ਦੇ ਵਿੱਚ ਆਰਮੀ 'ਚ ਜਿਹੜਾ ਨੌਕਰੀ ਕਰਦਾ। ਕਿੰਨੇ ਦਿਨ ਪਹਿਲਾਂ ਛੁੱਟੀ? ਇਹ 15 ਤਰੀਕ ਨੂੰ ਛੁੱਟੀ ਆਇਆ ਸੀ, 15 ਤਰੀਕ ਨੂੰ ਹੀ ਵਾਪਸ ਆਪਣੇ ਯੂਨਿਟ ਦੇ ਵਿੱਚ ਗਿਆ। ਥੈਂਕ ਯੂ।